ਲੁਧਿਆਣਾ ਪੁਲਿਸ ਨੇ ਵੱਡੀ ਕਾਮਯਾਬੀ ਦਰਜ ਕਰਦਿਆਂ ਇੱਕ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਜੋ ਖੜੀਆਂ ਕਾਰਾਂ ਦੇ ਵਿੱਚ ਭੁੱਕੀ ਸਪਲਾਈ ਕਰਨ ਦਾ ਕੰਮ ਕਰਦਾ ਸੀ। ਇਸ ਗਰੋਹ ਦੇ 4 ਮੈਂਬਰਾਂ ਨੂੰ ਪੁਲਿਸ ਵੱਲੋਂ ਜਗਰਾਓਂ ਪੁਲ ਦੇ ਨੇੜਿਓਂ ਕਾਬੂ ਕੀਤਾ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਗਰੋਹ ਨੂੰ ਕਾਬੂ ਕਰਨ ਦੇ ਲਈ ਛਾਪੇਮਾਰੀ ਜਾ ਰਹੀ ਸੀ ਅਤੇ ਲੰਬੇ ਸਮੇਂ ਤੋਂ ਇਹ ਲੋਕ ਬਚਦੇ ਆ ਰਹੇ ਸਨ। ਇੱਥੇ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਲੋਕ ਜੰਮੂ ਤੋਂ ਡੋਡੇ ਲਿਆ ਕੇ ਇੱਥੇ ਸਪਲਾਈ ਕਰਦੇ ਸਨ ਅਤੇ ਡੋਡਿਆਂ ਨੂੰ ਪੀਸਦੇ ਸਨ ਅਤੇ ਉਸਦੇ ਵਿੱਚ ਹੋਰ ਚੀਜ਼ਾਂ ਮਿਲਾ ਕੇ ਡੋਡਿਆਂ ਦਾ ਭਾਰ ਵਧਾ ਲੈਂਦੇ ਸਨ। ਪਤਾ ਲੱਗਿਆ ਹੁਣ 2 ਸਾਲ ਦੇ ਲੱਗੇ ਹੋਏ ਨੇ। ਸੋ ਇਸੇ ਤਰ੍ਹਾਂ ਦੇ ਹੋਰ ਵੀ ਜਿਹੜੇ ਹੈਗੇ ਆ ਸਮਗਲਰ ਗੈਂਗ ਚੱਲ ਰਿਹਾ। ਇਸ ਚੀਜ਼ ਦਾ ਪਹਿਲਾਂ ਲੱਗਦਾ ਸੀਗਾ ਕਿ J&K ਤੋਂ ਲੈ ਕੇ ਆਉਣਾ, ਇਹ ਲੱਗਦਾ ਸੀਗਾ ਵੀ ਪਤਾ ਨਹੀਂ ਉੱਥੇ ਮਤਲਬ ਹੈ ਕਿ ਨਹੀਂ ਵੀ ਉੱਧਰਲਾ ਰੂਟ, ਕਿਉਂਕਿ ਰਾਜਸਥਾਨ ਵਗੈਰਾ ਇੱਧਰੋਂ ਹੀ ਜ਼ਿਆਦਾ ਆਇਆ। ਬਟ ਇਹ ਜਿਹੜਾ ਹੈਗਾ ਇਹਨਾਂ ਨੇ 2 ਸਾਲ ਤੋਂ ਇਹ ਇੱਕ ਨਵਾਂ ਰੂਟ ਇਹਨਾਂ ਨੇ ਬਣਾਇਆ। ਸੋ ਹੁਣ ਇਹਦੇ ਉੱਤੇ ਸਾਨੂੰ ਇਨਵੈਸਟੀਗੇਸ਼ਨ 'ਚ ਬਹੁਤ ਵਧੀਆ ਪਹਿਲੂ ਨਜ਼ਰ ਆਉਣਗੇ, ਜਿਹਦੇ ਨਾਲ ਅਸੀਂ ਆਪਣੇ ਏਰੀਏ 'ਚ ਵੀ ਅਤੇ ਅਲੱਗਲੇ ਏਰੀਏ 'ਚ ਹੋ ਸਕਦਾ ਸਟੇਟਸ 'ਚ ਵੀ ਜਿਹੜਾ ਹੈਗਾ ਸਮਗਲਿੰਗ ਨੂੰ ਰੋਕ ਸਕੀਏ। ਪੁੱਛਗਿੱਛ ਦੌਰਾਨ ਇਹ ਪਤਾ ਲੱਗਿਆ ਹੈਗਾ ਕਿ ਇਹਨਾਂ ਨੇ ਕਾਫੀ ਕੁਝ ਜਿਹੜੀ ਹੈਗੀ ਆ ਅੱਗੇ